सिंह सुल्तान साहब दीनपुर तो चोरिया सिंह सुल्तान साहब हाजी बकार साहब जनाब वेलकम खुशामदी दूसरी तो ਹਾਂਜੀ ਜੱਟੂ ਸਾਹਿਬ ਜੱਟੂ ਕਹਿੰਦਾ ਵੀ ਅੱਗੇ ਵਾਲਾ ਜਾਫੀ ਆਏ ਇਹ ਜਾਫੀ ਪਿੱਛੇ ਤੁਰ ਜਾ ਪਿੱਛੇ ਆ ਜਾ ਵੀ ਜਾਫੀ ਆ ਪੈਰ ਕਾ ਚੱਲ ਹਾਜੀ ਵਕਾਸ ਮਰਾਲ ਸਾਹਿਬ ਵੱਲੋਂ 5000 ਰੁਪਏ ਦੀ ਕਿਆ ਬਾਤ ਹੈ ਕੌਡੀ ਖੇਡ ਹੈ ਉਹਨਾਂ ਬਹਾਦਰਾਂ ਦੀ ਜਿਹੜਾ ਖਾਦੀਆਂ ਕਿਉਂ ਨਹੀਂ ਲੱਗਦਾ ਉਸ ਟਾਈਮ ਨੀਚੇ ਤੋਂ ਦੌੜ ਲੱਗਦੀ ਹੈ ਕਿ ਅੱਗੇ ਹੋ ਰਹੇ ਕਿ ਪਿੱਛੇ ਹੋ ਰਹੇ ਨਾਸਰ ਜਵਾਹਰ ਹੀਰਾ ਸ਼ੇਖ ਸਾਹਿਬ ਉਹਨਾਂ ਨੂੰ 1000 ਰੁਪਇਆ ਤਾਂ ਵੱਧ ਗਿਆ ਜੇ ਜਾਫੀ ਫਾਲੇ ਤਾਂ 13000 ਰੁਪਇਆ ਜੇ ਜੱਟੂ ਦੱਸੇ ਤੇ 13.5 ਹਜ਼ਾਰ ਰੁਪਇਆ ਕੀ ਬਾਤ ਹੈ ਇੱਕ ਖਾਂ ਦੀ ਗੁੱਸੀ ਐ ਜਿਵੇਂ 13000 ਦੀ ਹੁੰਦੀ ਹੈ ਪਿਛਲੇ ਸਾਲ ਦੋ ਹੁੰਦੀਆਂ ਐਸ ਤੇ ਇੱਕ ਹੁੰਦੀ ਹੈ ਚੌਰੀ ਫਰਕ ਸੁਲਤਾਨ ਸਾਹਿਬ ਇਨਸ਼ਾਅੱਲਾ ਐਮਪੀਏ ਹੁੰਦਿਆ ਸਾਰੀ ਹਾਲਾਤ ਬਦਲ ਨਹੀਂ ਚਾਹੀਦੇ ਨੇ ਇਸ ਇਲਾਕੇ ਦੇ ਜੱਟੂ ਸਾਹਿਬ ਇਹ ਨਹੀਂ 13000 ਰੁਪਇਆ ਦੇਣਾ ਕਿਆ ਸੋਣੀ ਚਾਹੀਦੀ ਹੈ 13000 ਰੁਪਇਆ ਜੱਟੂ ਦੀ ਕੌਡੀ ਦੇ ਜੱਟੂ ਨਾਲ ਪਿਆਰ ਕਰੋ ਤਾੜੀ ਮਾਰੇ ਕਰੀ ਤਾੜੀਆਂ ਦਾ ਪਿੱਛਾ ਜੱਟੂ ਚਾਹੇ ਨਹੀਂ ਕਰ ਕੇ ਜੋਰੀ ਫਰਕ ਸੁਲਤਾਨ ਸਾਹਿਬ ਸ਼ੇਰ ਸਾਹਿਬ ਮੁੰਡਾ ਇੱਥੇ ਪਹੁੰਚਿਆ ਜੱਟੂ ਭਈ ਸਾਰਿਆਂ ਵੀਰਾਂ ਨੂੰ ਅਸਲਾਮੁ ਅਲੈਕੁਮ ਮੇਰੇ ਕੋਲ ਵੀਡੀਓ ਬਣਵਾਈ ਗਈ ਤੇ ਦੂਸਰੀ ਪਿੰਡ ਮੈਚ ਆਉਣਾ ਜਿਸ ਟਾਈਮ ਮੈਂ ਵੀਡੀਓ ਬਣਾਈ ਹੈ ਇੱਥੇ ਆਇਆ ਮੈਂ ਤੁਹਾਡਾ ਦੂਸਰੀ ਪਿੰਡ ਦਾ ਮਹਿਣਾ ਘੜਿਆ ਯਾ ਜਿਹੜਾ ਪਹਿਲੀ ਵਾਰੀ ਇੱਥੇ ਇਸ ਪਿੰਡ ਆਉਂਦਾ ਦੂਸਰੀ ਵਾਰੀ ਨਹੀਂ ਆਉਂਦਾ ਯਾ ਮੈਂ ਹੁਣ ਮਹਿਣਾ ਘੜਿਆ ਜਿਹੜਾ ਪਹਿਲੀ ਵਾਰੀ ਆਉਂਦਾ ਦੂਸਰੀ ਵਾਰੀ ਲਾਜ਼ਮੀ ਆਉਂਦਾ ਮਾਸ਼ਾਅੱਲਾ ਬੜੇ ਪਿਆਰੇ ਮਹਿਮਾਨ ਬੈਠੇ ਨੇ ਠੀਕ ਹੈ ਅਗਰ ਤੁਹਾਡੇ ਇਲਾਕੇ ਦਾ MNA MP ਅੱਛਾ ਇਨਸਾਨ ਹੈ ਤੇ ਉਹਦੀਆਂ ਜੁੱਤੀਆਂ ਦਿਓ ਚੰਗੇ ਚੰਗੇ ਜਿਹੜੇ ਹੁੰਦੇ ਨਾ ਸਿਆਸਤਦਾਨ ਉਹ ਕਿਸਮਤ ਨਾਲ ਮਿਲਦੇ ਨੇ ਪਿੰਡਾਂ ਵਾਲਿਆਂ ਨੂੰ ਔਰ ਸਭ ਤੋਂ ਜ਼ਿਆਦਾ ਅਗਰ ਪਾਕਿਸਤਾਨ ਇਹ ਗਿਲਾ ਸ਼ਿਕਵਾ ਹੁੰਦਾ ਨਾ ਤਾਂ ਉਹ ਪਾਕਿਸਤਾਨ ਵਿੱਚ ਹੁੰਦਾ ਸਾਡ ਹਦਾਸ ਉਹ ਪਾਕਿਸਤਾਨ ਵਿੱਚ ਹੁੰਦਾ ਔਰ ਮੈਂ ਆਖਰੀ ਸਾਹ ਪਾ ਰਿਹਾ ਮੈਂ ਸੁਬਹ 4 ਵਜੇ ਦਾ ਨਿਕਲਿਆ ਤੇ 4 ਵਜੇ ਹੀ ਆਇਆ ਅੱਗੂ ਤੁਹਾਡਾ ਜਿਹੜਾ ਗਰਾਊਂਡ ਵੇਖ ਤੇ ਦਿਲ ਵੀ ਡਾਈ ਗਿਆ ਇਹੋ ਜਿਹੇ ਗਰਾਊਂਡ ਤਾਂ ਸੱਡੇ ਨਹੀਂ ਵੱਜਦੇ ਜੇ ਅਸੀਂ ਤੁਸੀਂ ਸਾਨੂੰ ਵਜਾਈ ਖਲੇ ਔਰ ਮੇਰੇ ਮਾਸ਼ਾਅੱਲਾ ਦੂਸਰੀ ਗੱਲ ਹੈ ਬੜੇ ਚੰਗੇ ਚੰਗੇ ਬੇਲੀ ਹਨ ਅਫਸਰ ਰਾਣੇ ਵੀ ਆਦਰੀ ਦੇ ਤੇ ਵੈਦ ਆਏ ਰਾਣੇ ਨਾ ਕੋਈ ਤਾੜੀ ਹੈ ਨਾ ਕੋਈ ਗੱਲ ਨਾ ਕੋਈ ਬਾਤ ਦਾਦੇ ਬੰਦੇ ਹੋਏ ਰਾਣੇ ਇੰਡੀਆ ਲਾ ਦੀ ਕੌਮਾਂ ਹੈ ਰਾਣੇ ਗੁੱਜਰ ਭਾਈ ਜਾਨ ਮੈਂ ਚੱਲਣਾ ਤੁਹਾਡੀ ਉਹ ਸਾਲ ਇੰਤਜ਼ਾਰ ਰਾਣਾ ਤੇ ਜੱਟੂ ਨਹੀਂ ਆਇਆ ਕੌਡੀ ਹੋ ਜੀ ਪਾ ਦੇ ਸਾਹ ਇੱਕ ਰਾਣਿਆਂ ਦੇ ਨਾਂ ਤੇ ਤਾੜੀ ਲਾਓ ਤੇ ਇੱਕ ਮੌਲਾ ਅਲੀ ਦਾ ਨਾਰਾ ਸੁਣਾਓ ਨਾਰਾ ਹੈਦਰੀ